ਜੀ ਦੋਸਤੋ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸੋਹਨ ਬਰਨਾਲੇ ਦੇ ਉੱਤੇ। ਲਗਾਤਾਰ ਪਹਿਲਾਂ ਵੀ ਆਪਾਂ ਜੋਬਸ ਇਨ ਪਟਿਆਲਾ ਦਾ ਟਾਈਟਲ ਦੇ ਕੇ ਇੱਕ ਵੀਡੀਓ ਜਿਹੜੀ ਹੈ, ਦੋ ਵੀਡੀਓ ਜਿਹੜੀਆਂ ਨੇ ਉਹ ਅਪਲੋਡ ਕੀਤੀਆਂ ਨੇ। ਅੱਜ ਫਿਰ ਇੱਕ ਵੀਡੀਓ ਜਿਹੜੀ ਹੈ ਜੋਬਸ ਇਨ ਪਟਿਆਲਾ ਦੇ ਟਾਈਟਲ ਦੇ ਅਧੀਨ ਆਪਾਂ ਅਪਲੋਡ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਦੀਆਂ ਜਿਹੜੀਆਂ ਜੋਬਸ ਨੇ ਉਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਾਂ ਪਟਿਆਲੇ ਦੇ ਨੇੜੇ ਤੇੜੇ ਜਿੱਥੇ ਅਪਰੋਚੇਬਲ ਹੈ, ਜਿੱਥੇ ਅਸੀਂ ਪਹੁੰਚ ਸਕਦੇ ਹਾਂ ਆਸਾਨੀ ਦੇ ਨਾਲ, ਅਤੇ ਉਹ ਦੋ ਤਿੰਨ ਜੋਬਸ ਜਿਹੜੀਆਂ ਤੁਹਾਡੇ ਨਾਲ ਸਕੂਲ ਦੇ ਵਿੱਚ ਜੋਬਸ ਨੇ ਜਿਹੜੀਆਂ ਉਹ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ। ਜ਼ਰੂਰ ਇਸ ਨੂੰ ਵੀਡੀਓਸ ਨੂੰ ਦੇਖੋ ਅਤੇ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਜਿਹੜੇ ਲੋੜਵੰਦ ਨੇ। ਸੋ ਪਹਿਲੀ ਜਿਹੜੀ ਸਿਚੁਏਸ਼ਨ ਵੈਕੈਂਟ ਹੈ ਜੀ, ਉਹ ਹੈ ਬਿਪਸ ਦੇ ਵਿੱਚ, BIPS ਪਟਿਆਲਾ ਬਿਪਸ। ਆ ਤੁਹਾਡੇ ਕੋਲ ਸਾਹਮਣੇ ਲਿਖਿਆ ਵੀ ਆ ਰਿਹਾ ਸਕੂਲ ਕਿਹੜਾ ਉਹ, ਅਤੇ ਇਹਦੇ ਵਿੱਚ ਪ੍ਰਾਇਮਰੀ ਟੀਚਰਸ ਦੀ ਜ਼ਰੂਰਤ ਹੈ, ਜਿਨ੍ਹਾਂ ਦੀ BA ਜਾਂ BSc ਦੇ ਨਾਲ BEd ਜਿਹੜੀ ਉਹ ਕੀਤੀ ਹੋਵੇ। ਉਸ ਤੋਂ ਇਲਾਵਾ PGT ਇੰਗਲਿਸ਼, ਸਾਈਕੋਲੋਜੀ, ਜੀਓਲੋਜੀ, ਬੋਟਨੀ, ਇਹ ਵੀ ਜਿਹੜੇ ਨੇ ਇਹਨਾਂ ਦੇ ਵਿੱਚ ਰਿਕੁਆਇਰਮੈਂਟ ਹੈ। ਇਹ ਵੀ ਜਿਹੜੇ ਇਹ PGT ਜਿੰਨੇ ਵੀ ਟੀਚਰਸ ਹੁੰਦੇ ਨੇ ਉਹਨਾਂ ਦੀ ਪੋਸਟ BEd ਦੇ ਨਾਲ ਨਾਲ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜੇ ਸੰਬੰਧਿਤ ਸਬਜੈਕਟ ਦੇ ਵਿੱਚ। ਜਿਵੇਂ ਤੁਸੀਂ ਇੰਗਲਿਸ਼ ਦੇ ਲਈ PGT ਇੰਗਲਿਸ਼ ਦੇ ਲਈ ਅਪਲਾਈ ਕਰਨਾ ਚਾਹ ਰਹੇ ਹੋ ਤਾਂ ਤੁਹਾਡੀ MA ਇੰਗਲਿਸ਼ ਪਲੱਸ BEd ਜਿਹੜੀ ਉਹ ਹੋਣੀ ਚਾਹੀਦੀ ਹੈ। ਉਸੇ ਤਰ੍ਹਾਂ ਸਾਈਕੋਲੋਜੀ ਹੈ, ਜੀਓਲੋਜੀ ਹੈ ਅਤੇ ਬੋਟਨੀ ਹੈ, ਇਹਨਾਂ ਦੇ ਵਿੱਚ ਤੁਹਾਡੀ MSc ਜਾਂ MA ਜਿਹੜੀ ਉਹ ਕਿਸੇ ਵੀ ਸਬਜੈਕਟ ਦੇ ਵਿੱਚ ਜਿਹੜੇ ਤੁਸੀਂ PGT ਦੇ ਤੌਰ ਦੇ ਉੱਤੇ ਅਪਲਾਈ ਕਰਦੇ ਹੋ ਤਾਂ ਉਹ ਤੁਹਾਡੀ ਜਿਹੜੀ ਆ ਉਸ ਸੰਬੰਧਿਤ ਸਬਜੈਕਟ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ। ਇਹਨਾਂ ਦੇ ਲਈ ਐਕਸਪੀਰੀਅੰਸ ਟੀਚਰਸ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ। ਪ੍ਰੈਫਰੇਬਲੀ ਜੇ ਪਟਿਆਲੇ ਤੋਂ ਉਹਨੇ ਮੈਰਿਡ ਨੇ ਅਤੇ ਕਾਫੀ ਜ਼ਿਆਦਾ ਜਿਹੜਾ ਉਹਨਾਂ ਨੂੰ ਪ੍ਰੈਫਰੈਂਸ ਜਿਹੜੀ ਉਹ ਦਿੱਤੀ ਜਾਊਗੀ। ਉਸ ਤੋਂ ਇਲਾਵਾ ਫਲੂਐਂਸੀ ਇਨ ਇੰਗਲਿਸ਼ ਜਿਹੜੀਆਂ ਇਹਨਾਂ ਪੋਸਟਾਂ ਦੇ ਲਈ ਰਿਕੁਆਇਰਡ ਹੈ ਅਤੇ ਇੰਟਰਵਿਊ ਜਿਹੜੀ ਇਹਨਾਂ ਦੀ 24 ਅਤੇ 25 ਤਰੀਕ ਨੂੰ ਉਹ ਰੱਖੀ ਗਈ ਹੈ, 3 ਵਜੇ ਦੁਪਹਿਰ ਦੇ 3 ਵਜੇ ਜਿਹੜੀ ਉਹ ਰੱਖੀ ਗਈ ਇੰਟਰਵਿਊ 24 ਅਤੇ 25 ਅਗਸਤ ਨੂੰ। ਅਤੇ ਪਲੇਸ ਜਿੱਥੇ ਇੰਟਰਵਿਊ ਹੋਣੀ ਆ ਤੁਹਾਡੇ ਸਾਹਮਣੇ ਦਿੱਤੀ ਵੀ ਪਈ ਹੈ ਅਤੇ ਇਹਨਾਂ ਦੀ ਈਮੇਲ ਐਡਰੈਸ ਵੀ ਜਿਹੜਾ ਉਹ ਨਾਲ ਤੁਹਾਨੂੰ ਦਿੱਤਾ ਹੋਇਆ, ਇਹਦੇ ਉੱਤੇ ਆਪਣਾ ਰਿਜ਼ਿਊਮ, ਅਪਡੇਟਿਡ ਰਿਜ਼ਿਊਮ ਜਿਹੜਾ ਉਹ ਸੈਂਡ ਜ਼ਰੂਰ ਕਰ ਦਿਓ। ਅਤੇ ਬਾਕੀ ਤੁਸੀਂ ਇੰਟਰਵਿਊ ਦੇ ਲਈ ਜਿਵੇਂ ਵੀ ਹੈ ਤੁਸੀਂ ਉਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਵੈਬਸਾਈਟ ਹੈ ਤੁਸੀਂ ਉਸ ਵੈਬਸਾਈਟ ਨੂੰ ਓਪਨ ਕਰਕੇ ਇਹਨਾਂ ਦੇ ਕੰਟੈਕਟ ਡਿਟੇਲ ਵੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ। ਅਤੇ ਉਸ ਤੋਂ ਇਲਾਵਾ ਜੇ ਇਹਨਾਂ ਦੀ ਵੈਬਸਾਈਟ ਤੁਹਾਡੇ ਕੋਲੋਂ ਨਹੀਂ ਵਿਜ਼ਿਟ ਹੁੰਦੀ ਤਾਂ ਤੁਸੀਂ ਗੂਗਲ ਦੇ ਉੱਤੇ ਇਹਨਾਂ ਇਸ ਨਾਮ ਦਾ ਜਿਹੜਾ ਇਸ ਨਾਮ ਦੇ ਉੱਤੇ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਉਸ ਸਕੂਲ ਦਾ ਜਿਹੜਾ ਕੰਟੈਕਟ ਡਿਟੇਲ ਹੈ ਜਿਹੜੀ ਉਹ ਤੁਸੀਂ ਉੱਥੋਂ ਵੀ ਜਿਹੜੀ ਉਹ ਹਾਸਿਲ ਕਰ ਸਕਦੇ ਹੋ। ਉਸ ਤੋਂ ਇਲਾਵਾ ਜਿਹੜਾ ਅਗਲਾ ਸਕੂਲ ਹੈ ਉਹ ਪੈਂਦਾ ਜੀ ਮੰਡੀ ਗੋਬਿੰਦਗੜ੍ਹ ਦੇ ਵਿੱਚ, ਮੰਡੀ ਗੋਬਿੰਦਗੜ੍ਹ ਦੇ ਵਿੱਚ ਸਕੂਲ ਹੈ ਜੀ, ST ਮਾਡਲ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ। ਅਤੇ ਇਹਦੇ ਵਿੱਚ PGT ਫਿਜ਼ਿਕਸ ਅਤੇ ਇੰਗਲਿਸ਼ ਇੱਕ ਇੱਕ ਪੋਸਟ ਵੈਕੈਂਟ ਹੈ ਜੀ, TGT ਇੰਗਲਿਸ਼ ਅਤੇ ਹਿੰਦੀ ਦੀ ਇੱਕ ਇੱਕ ਪੋਸਟ ਹੈ। ਉਸ ਤੋਂ ਇਲਾਵਾ ਪ੍ਰਾਇਮਰੀ ਵਿੰਗ ਦੇ ਵਿੱਚ ਜਿਹੜੇ ਨੇ ਪ੍ਰਾਇਮਰੀ ਟੀਚਰਸ ਦੀ ਵੀ ਜ਼ਰੂਰਤ ਹੈ। ਉਸੇ ਤਰ੍ਹਾਂ ਇਹਨਾਂ ਪੋਸਟਾਂ ਦੇ ਲਈ ਵੀ ਜਿਹੜੀ ਉਹ ਫਲੂਐਂਸ ਇਨ ਇੰਗਲਿਸ਼ ਰਿਕੁਆਇਰਡ ਹੈ ਅਤੇ TET ਜਿਹੜੇ ਕਲੀਅਰਡ ਨੇ ਉਹਨਾਂ ਨੂੰ ਜਿਹੜੀ ਹੈ ਇਹਦੇ ਵਿੱਚ ਪ੍ਰੈਫਰੈਂਸ ਜਿਹੜੀ ਉਹ ਦਿੱਤੀ ਜਾਣੀ ਹੈ। ਅਤੇ ਨਾਲ ਹੀ ਇਹਨਾਂ ਦੀ ਜਿਹੜੀ ਸਟਾਰਟਿੰਗ ਸੈਲਰੀ ਹੈ ਉਹ 20,000 ਹੈ ਜੀ, ਉਸ ਤੋਂ ਵੱਧ ਜਿਹੜੀ ਇਹ ਡਿਜ਼ਰਵ ਕਰੂਗਾ ਕੈਂਡੀਡੇਟ ਤਾਂ ਉਹਨੂੰ ਓਨੀ ਵੀ ਜਿਹੜੀ ਉਹ ਸੰਬੰਧਿਤ ਮੈਨੇਜਮੈਂਟ ਹੈ ਜਿਹੜੀ ਉਹ ਦੇ ਪਾਊਗੀ। ਅਤੇ ਨਾਲ ਹੀ ਤੁਸੀਂ ਰਿਜ਼ਿਊਮ ਜਿਹੜਾ ਦਿੱਤੀ ਹੋਈ ਈਮੇਲ ਐਡਰੈਸ ਦੇ ਉੱਤੇ ਤੁਸੀਂ ਸੈਂਡ ਕਰ ਸਕਦੇ ਹੋ ਅਤੇ ਰਿਜ਼ਿਊਮ ਸੈਂਡ ਤੁਸੀਂ ਅਪਡੇਟਡ ਕਰੋਗੇ ਉੱਥੇ ਹੀ ਤੁਹਾਨੂੰ ਜਿਹੜੀ ਹੈ ਇੰਟਰਵਿਊ ਦੇ ਰਿਗਾਰਡਿੰਗ ਜਾਂ ਜਦੋਂ ਵੀ ਤੁਹਾਨੂੰ ਓਪਰਚੁਨਿਟੀ ਜਿਹੜੀ ਇਹ ਤੁਹਾਨੂੰ ਮਿਲਣੀ ਹੈ ਉਹਦੇ ਰਿਗਾਰਡਿੰਗ ਸੰਬੰਧਿਤ ਸਕੂਲ ਤੋਂ ਤੁਹਾਨੂੰ ਜਿਹੜੀ ਉਹ ਮੇਲ ST ਸੀਨੀਅਰ ST ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈ ਜਿਹੜੀ ਉਹ ਤੁਹਾਨੂੰ ਮੇਲ ਦੇ ਉੱਤੇ ਰਿਪਲਾਈ ਜਿਹੜਾ ਉਹ ਕਰ ਦੇਣਗੇ। ਅਗਲਾ ਜਿਹੜਾ ਸਕੂਲ ਹੈ ਉਹ ਹੈ ਜੀ ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ, ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ, ਜਿੱਥੇ SST ਟੀਚਰਸ ਦੀ ਜ਼ਰੂਰਤ ਹੈ। ਕੁਆਲੀਫਿਕੇਸ਼ਨ BA MA ਪਲੱਸ BEd ਕਰੀ ਹੋਵੇ ਪਰ BEd ਦੇ ਨਾਲ SS ਅਤੇ ਇੰਗਲਿਸ਼ ਦਾ ਕੰਬੀਨੇਸ਼ਨ ਹੋਵੇ ਉਸ ਕੈਂਡੀਡੇਟ ਨੂੰ ਜਿਹੜੀ ਇਸ ਪੋਸਟ ਦੇ ਲਈ ਜਿਹੜੀ ਉਹਨੂੰ ਪ੍ਰੈਫਰੈਂਸ ਜਿਹੜੀ ਉਹ ਦਿੱਤੀ ਜਾਊਗੀ। ਅਤੇ ਈਮੇਲ ਐਡਰੈਸ ਵੀ ਤੁਹਾਡੇ ਸਾਹਮਣੇ ਜਿਹੜਾ ਉਹ ਦਿੱਤਾ ਹੋਇਆ, ਆਪਣਾ ਰਿਜ਼ਿਊਮ ਜਿਹੜਾ ਇਹਨਾਂ ਦੀ ਈਮੇਲ ਐਡਰੈਸ ਦੇ ਉੱਤੇ ਸੈਂਡ ਕਰ ਸਕਦੇ ਹੋ।
ਅਤੇ ਇੱਥੇ ਵੀ ਤੁਹਾਨੂੰ ਇਹਦੇ ਰਿਗਾਰਡਿੰਗ ਜਿਹੜੀ ਉਹ ਕਾਲ ਕਰਕੇ ਤੁਹਾਨੂੰ ਦੱਸਣਗੇ ਕਿ ਕਦੋਂ ਇੰਟਰਵਿਊ ਜਿਹੜੀ ਆ ਉਹ ਰੱਖੀ ਜਾਊਗੀ, ਜੇ ਤੁਹਾਡਾ CV ਜਿਹੜਾ ਉਹਨਾਂ ਨੂੰ ਪਸੰਦ ਆਉਂਦਾ ਹੈ ਤਾਂ। ਬਾਕੀ ਇਹਨਾਂ ਸਕੂਲਸ ਦੇ ਲਈ ਜੇ ਤੁਸੀਂ ਇਹਨਾਂ ਦਾ ਕੰਟੈਕਟ ਡਿਟੇਲ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਗੂਗਲ ਦੇ ਉੱਤੇ ਜਾ ਕੇ ਸਰਚ ਕਰੋ ਇਹਨਾਂ ਸਕੂਲ ਨੂੰ, ਅਤੇ ਉੱਥੇ ਤੁਹਾਨੂੰ ਜਿਹੜਾ ਇਹਨਾਂ ਦਾ ਕੰਟੈਕਟ ਡਿਟੇਲ ਜਿਹੜੀ ਆ ਉੱਥੋਂ ਮਿਲ ਜੂਗੀ, ਤੁਸੀਂ ਉਹਨਾਂ ਨੂੰ ਕੰਟੈਕਟ ਉੱਥੇ ਕਰ ਸਕਦੇ ਹੋ। ਇੱਕ ਗੱਲ ਹੋਰ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਆਪਾਂ ਪਹਿਲਾਂ ਵੀ ਜਿਹੜੀਆਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਇਸ ਚੈਨਲ ਦੇ ਉੱਤੇ ਅਪਲੋਡ ਕਰੀਆਂ ਨੇ, ਤਾਂ ਤੁਸੀਂ ਉਹਨਾਂ ਵੀਡੀਓਜ਼ ਨੂੰ ਵੀ ਦੇਖ ਸਕਦੇ ਹੋ। ਉਹਨਾਂ ਵੀਡੀਓਜ਼ ਦੇ ਵਿੱਚ ਜਿੰਨੇ ਵੀ ਈਮੇਲ ਐਡਰੈਸ ਦਿੱਤੇ ਹੋਏ ਨੇ ਉਹ ਸਾਰੇ ਹੀ ਈਮੇਲ ਐਡਰੈਸ ਤੁਸੀਂ ਉਹਨਾਂ ਦੇ ਉੱਤੇ ਮੇਲ ਜ਼ਰੂਰ ਕਰ ਦਿਆ ਕਰੋ ਆਪਣਾ ਅਪਡੇਟਿਡ CV, ਕਿਉਂਕਿ ਜਦੋਂ ਵੀ ਉਹਨਾਂ ਸਕੂਲਸ ਦੇ ਵਿੱਚ ਕੋਈ ਓਪਰਚੁਨਿਟੀ ਬਣਦੀ ਹੈ ਤਾਂ ਉਹ ਤੁਹਾਡਾ CV ਜੇ ਉੱਥੇ ਪਹੁੰਚਿਆ ਹੋਊਗਾ ਤਾਂ ਤੁਹਾਨੂੰ ਕਾਲ ਉਹ ਕਰ ਸਕਦੇ ਨੇ ਜਾਂ ਈਮੇਲ ਦੇ ਉੱਤੇ ਉਹ ਤੁਹਾਨੂੰ ਵਾਪਸ ਇੰਟਰਵਿਊ ਵਗੈਰਾ ਦੇ ਲਈ ਕੋਈ ਡੇਟ ਜਿਹੜੀ ਉਹ ਤੁਹਾਡੇ ਨਾਲ ਫਿਕਸ ਕਰ ਸਕਦੇ ਨੇ। ਤਾਂ ਜ਼ਰੂਰ ਤੁਸੀਂ ਉਹ ਜਿੰਨੇ ਵੀ ਵੀਡੀਓਜ਼ ਪਹਿਲਾਂ ਆਪਾਂ ਇਹਦੇ ਵਿੱਚ ਅਪਲੋਡ ਕਰੀਆਂ ਨੇ ਚੈਨਲ ਦੇ ਉੱਤੇ ਤਾਂ ਉਹਨਾਂ ਵੀਡੀਓਜ਼ ਨੂੰ ਦੇਖੋ। ਉਹਨਾਂ ਵੀਡੀਓਜ਼ ਦੇ ਵਿੱਚ ਜਿੰਨੇ ਵੀ ਤੁਹਾਨੂੰ ਈਮੇਲ ਐਡਰੈਸ ਜਿਹੜੇ ਉਹ ਮਿਲਦੇ ਨੇ ਉਹਨਾਂ ਦੇ ਉੱਤੇ ਆਪਣਾ ਅਪਡੇਟਿਡ CV ਜ਼ਰੂਰ ਜਿਹੜਾ ਉਹ ਸੈਂਡ ਕਰ ਦਿਓ। ਅਤੇ ਬਾਕੀ ਇਹ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਜਿਹੜਾ ਇਹ ਸ਼ੇਅਰ ਕਰੋ, ਜਿੰਨੇ ਵੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੈਕੈਂਸੀਜ਼ ਦੇ ਲਈ ਐਲੀਜੀਬਲ ਨੇ ਅਤੇ ਲੋੜਵੰਦ ਨੇ, ਜ਼ਰੂਰ ਉਹਨਾਂ ਦੋਸਤਾਂ ਦੇ ਨਾਲ ਸ਼ੇਅਰ ਕਰਿਓ। ਇਹ ਵੀਡੀਓ ਇਕੱਲੀ ਪਟਿਆਲੇ ਜ਼ਿਲ੍ਹੇ ਦੇ ਕੈਂਡੀਡੇਟਸ ਦੇ ਲਈ ਨਹੀਂ ਹੈ, ਜੇ ਕੋਈ ਸੰਬੰਧਿਤ ਜਿਵੇਂ ਹੁਣ ਅਸੀਂ ਭਵਾਨੀਗੜ੍ਹ ਦੀਆਂ ਪੋਸਟਾਂ ਦੇ ਲਈ ਜਿਹੜੀ ਉਹ ਦੱਸਿਆ ਤੁਹਾਨੂੰ, ਤਾਂ ਭਵਾਨੀਗੜ੍ਹ ਦੇ ਜਿਹੜੇ ਕੈਂਡੀਡੇਟ ਨੇ ਉਹ ਵੀ ਅਪਲਾਈ ਕਰ ਸਕਦੇ ਨੇ। ਉਸੇ ਤਰ੍ਹਾਂ ਗੋਬਿੰਦਗੜ੍ਹ ਦੀ ਜੇ ਅਸੀਂ ਗੱਲ ਕਰੀਏ ਤਾਂ ਗੋਬਿੰਦਗੜ੍ਹ ਦੇ ਵਿੱਚ ਰਹਿੰਦੇ ਜਿਹੜੇ ਕੈਂਡੀਡੇਟ ਨੇ ਉਹ ਵੀ ਜਿਹੜੇ ਅਪਲਾਈ ਕਰ ਸਕਦੇ ਨੇ। ਅਤੇ ਠੀਕ ਹੈ ਦੋਸਤੋ, ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ, ਦੇਖਦੇ ਰਹੋ YouTube ਚੈਨਲ ਸੋਹਣ ਬਰਨਾਲਾ। ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ।